ਮੇਰੀ ਕਹਾਣੀ ਅਣਖ ਉਹ ਇੱਕ ਅਣਖੀਲਾ ਗੱਭਰੂ ਹੈ ਜਿਹੜਾ ਫੈਸਲਾ ਕਰ ਲਿਆ ਉਹ ਪੱਥਰ ਤੇ ਲਕੀਰ ਸਮਾਨ ਉਹਨੇ ਜ਼ਿੰਦਗੀ ਚ ਹਰ ਚੀਜ਼ ਨਵੀਂ ਤੇ ਫਰਸਟ ਹੈਂਡ ਬਣਾਉਣ ਦਾ ਮਨ ਅੰਦਰ ਪ੍ਰਣ ਕੀਤਾ ਹੋਇਆ ਸੀ ਉਹਨੇ ਕਦੀ ਕੋਈ ਕਿਤਾਬ ਰਸਾਲਾ ਜਾਂ ਅਖਬਾਰ ਤੱਕ ਵੀ ਸੈਕੰਡ ਹੈਂਡ ਨਹੀਂ ਸੀ ਪੜਿਆ ਹਰ ਚੀਜ਼ ਨਵੀਂ ਖਰੀਦਦਾ ਭਾਵੇਂ ਦੋ ਪੈਰ ਘੱਟ ਤੁਰਦਾ ਪਰ ਤੁਰਦਾ ਮਟਕ ਦੇ ਨਾਲ ਉਹਦੀ ਸ਼ਾਦੀ ਹੋਈ ਸੁਹਾਗਰਾਤ ਸਮੇਂ ਉਹਨੇ ਆਪਣੀ بیوی ਤੋਂ ਉਹਦੇ ਪਹਿਲੇ ਇਸ਼ਕ ਬਾਰੇ ਸੁਣਿਆ ਤਾਂ ਚਕਾਚੌਂਦ ਹੋ ਗਿਆ। ਉਹਨੇ بیوی ਨੂੰ ਸੱਚੋ ਸੱਚ ਦੱਸਣ ਦੀ ਕਸਮ ਜੋ ਪਵਾ ਲਈ ਸੀ ਤੇ ਉਹਨੇ ਸੱਚ ਦੱਸ ਦਿੱਤਾ ਸੀ। ਉਹ ਅਗਲੇ ਦਿਨੀ ਉਹਨੂੰ ਪੇਕੇ ਛੱਡ ਆਇਆ ਤੇ ਕਾਫੀ ਚਿਰ ਨਾ ਲਿਆਇਆ। ਮਾਂ ਨੇ ਤਰਲੇ ਜੇ ਨਾਲ ਕਿਹਾ ਪੁੱਤਰ ਜਾ ਕੇ ਉਹਨੂੰ ਲਿਆ। ਮਾਂ ਤੈਨੂੰ ਪਤਾ ਹੀ ਐ। ਮੈਂ ਅੱਜ ਤੱਕ ਕਦੇ ਸੈਕੰਡ ਹੈਂਡ ਚੀਜ਼ ਨਹੀਂ ਰੱਖੀ। ਇਹਨੂੰ ਕਿਵੇਂ ਰੱਖ ਲਾਂ? ਮਾਂ ਨੇ ਬੜੇ ਹਾੜੇ ਕੱਡੇ ਪਰ ਉਹ ਨਾ ਮੰਨਿਆ। ਤਮਾ ਬਹੂ ਨੂੰ ਲਿਆਉਣ ਲਈ ਆਪ ਤਿਆਰੀ ਕਰਨ ਲੱਗੀ। ਉਹਨੇ ਮਾਂ ਨੂੰ ਇੱਕ ਵਾਰ ਫੇਰ ਕਿਹਾ ਮਾਂ ਤੂੰ ਉਹਨੂੰ ਲਿਆ ਕੇ ਪਛਤਾਏਂਗੀ ਮੇਰੀ ਗੱਲ ਯਾਦ ਰੱਖੀ। ਪਰ ਉਹ ਫੇਰ ਵੀ ਚਲੀ ਗਈ। ਸਮਾਜ ਦੀਆਂ ਗੱਲਾਂ ਸੁਣਨ ਦੇ ਡਰ ਖੁਣੋ। ਉਹ ਗੱਡੀ ਜਾ ਚੜੀ ਸਟੇਸ਼ਨ ਤੋਂ ਬਾਹਰ ਜਾ ਕੇ ਗੱਡੀ ਇੱਕਦਮ ਰੁਕ ਗਈ। ਪਤਾ ਲੱਗਿਆ ਕਿ ਇੱਕ ਨੌਜਵਾਨ ਥੱਲੇ ਆ ਕੇ ਮਰ ਗਿਆ। ਜਦੋਂ ਉਹਨੇ ਅੱਗੇ ਹੋ ਕੇ ਦੇਖਿਆ ਤਾਂ ਇਹ ਉਸੇ ਦਾ ਮੁੰਡਾ ਸੀ। ਉਹ ਲਾਸ਼ ਨੂੰ ਲੈ ਕੇ ਰੋਂਦੀ ਪਿੱਟਦੀ ਉੱਥੇ ਹੀ ਵਾਪਸ ਹੋ ਲਈ। ਧੰਨਵਾਦ।